ਇਹ ਕਹਿਣਾ ਕਿ ਸਾਰਾ ਪੰਜਾਬ ਹੀ ਅੱਤਵਾਦੀ ਹੈ, ਸਾਰੇ ਪੰਜਾਬ 'ਚ ਅੱਤਵਾਦ, ਇਹ ਮਤਲਬ ਇਹ ਗਲਤ। ਉਹ ਪੰਜਾਬ ਹੈ ਜਿਹਨੇ ਦੇਸ਼ ਲੈ ਕੇ ਦਿੱਤਾ, ਉਹ ਪੰਜਾਬ ਹੈ ਜਿਹੜਾ ਦੇਸ਼ ਦਾ ਪੇਟ ਪਾਲਦਾ ਅੱਜ ਵੀ। ਇੱਕ ਹਰੇ ਗੱਲ 'ਤੇ ਕਹਿੰਦੇ ਨੇ ਅੱਤਵਾਦੀ ਨੇ, ਬੱਕਵਾਦੀ ਨੇ, ਕਿਸਾਨ ਬਹਿ ਜਾਣ, ਇਹ ਅੱਤਵਾਦੀ ਨੇ। ਦੇਖੋ ਪਤਾ ਕੀ, ਦੇਖੋ ਉਹ ਇੱਕ ਗੁੱਸਾ, ਉਹਨੇ ਪਹਿਲਾਂ ਇਸ ਤਰ੍ਹਾਂ ਦਾ ਬੋਲਿਆ ਹੋਇਆ ਅਤੇ ਉਹਦਾ ਗੁੱਸਾ ਕਿਤੇ ਨਾ ਕਿਤੇ ਉਸ ਕੁੜੀ ਦੇ ਦਿਲ 'ਚ ਹੋਣਾ ਨਹੀਂ ਚਾਹੀਦਾ ਸੀ ਇਸ ਤਰ੍ਹਾਂ, ਹੈ ਨਾ। ਪਰ ਉਹਦੇ ਜਵਾਬ ਦੇ ਵਿੱਚ ਇੱਕ ਪਬਲਿਕ ਫਿਗਰ ਹੋਣ ਦੇ ਨਾਤੇ, ਭਾਵੇਂ ਉਹ ਫਿਲਮ ਸਟਾਰ, ਭਾਵੇਂ ਉਹ ਇਲੈਕਟਡ MP ਬਣ ਗਏ ਹੁਣ, ਇਹ ਕਹਿਣਾ ਕਿ ਸਾਰਾ ਪੰਜਾਬ ਹੀ ਅੱਤਵਾਦੀ ਹੈ, ਸਾਰੇ ਪੰਜਾਬ 'ਚ ਅੱਤਵਾਦ, ਇਹ ਮਤਲਬ ਇਹ ਗਲਤ ਹੈ। ਇਸ ਤਰ੍ਹਾਂ ਨਹੀਂ ਹੋਣਾ ਚਾਹੀਦਾ ਕਿ ਤੁਸੀਂ ਸਾਰੇ, ਉਹ ਪੰਜਾਬ ਹੈ ਜਿਹਨੇ ਦੇਸ਼ ਲੈ ਕੇ ਦਿੱਤਾ, ਉਹ ਪੰਜਾਬ ਹੈ ਜਿਹੜਾ ਦੇਸ਼ ਦਾ ਪੇਟ ਪਾਲਦਾ ਅੱਜ ਵੀ। 130 ਲੱਖ ਮੀਟਰਿਕ ਟਨ ਕਣਕ ਦੇਊਂਗਾ ਹੁਣ ਐਸੇ ਸੀਜ਼ਨ 'ਚ ਦੇਸ਼ ਨੂੰ, 220 ਲੱਖ ਮੀਟਰਿਕ ਟਨ ਚਾਵਲ ਦੇਵਾਂਗੇ। ਅਸੀਂ ਦੇਸ਼ ਦਾ ਢਿੱਡ ਭਰਦੇ ਹਾਂ, ਅਸੀਂ ਕੁਰਬਾਨੀਆਂ ਅੱਜ ਵੀ ਸਾਡੇ ਜਿਹੜੇ ਨੌਜਵਾਨ ਨੇ ਉਹ ਕਾਰਗਿਲ ਤੋਂ ਲੈ ਕੇ ਮਾਈਨਸ ਅਤੇ ਪਲੱਸ ਡਿਗਰੀ, ਜਿਹੜੇ -50 ਦੇ ਵਿੱਚ ਤਾਂ ਤਾਹਾਂ ਜਦੋਂ ਠੰਡ ਦੇ ਵਿੱਚ ਕਾਰਗਿਲ 'ਚ ਖੜ੍ਹੇ ਹੁੰਦੇ ਨੇ, ਅਤੇ ਆਹ ਹੁਣ ਜੂਨ 'ਚ ਗੰਗਾਨਗਰ ਅਤੇ ਜੈਸਲਮੇਰ ਦੇ ਟਿੱਬਿਆਂ 'ਚ +50 ਦੇ ਵਿੱਚ ਖੜ੍ਹੇ ਨੇ। ਸੋ ਅਸੀਂ ਦੇਸ਼ ਦੀ ਰੱਖਿਆ ਕਰਨ ਵਾਲੇ ਅਤੇ ਦੇਸ਼ ਨੂੰ ਮਤਲਬ ਇੱਥੇ ਤੱਕ ਆਜ਼ਾਦੀਆਂ ਦਿਵਾਉਣ ਵਾਲੇ ਲੋਕ ਆ, ਅਤੇ ਤੁਸੀਂ ਇੱਕ ਹਰੇ ਗੱਲ 'ਤੇ ਕਹਿ ਦਿੰਦੇ ਹੋ ਅੱਤਵਾਦੀ ਨੇ, ਬੱਕਵਾਦੀ ਨੇ, ਕਿਸਾਨ ਬਹਿ ਜਾਣ, ਇਹ ਅੱਤਵਾਦੀ ਨੇ, ਕੋਈ ਵੀ ਉਹਨਾਂ ਦੇ ਵਿਰੁੱਧ ਕੋਈ ਬਹਿ ਜੇ ਅੱਤਵਾਦੀ ਨੇ, ਬੱਕਵਾਦੀ ਨੇ। ਸੋ ਇਸ ਤਰ੍ਹਾਂ ਗਲਤ ਗੱਲ ਹੈ, ਪੰਜਾਬ ਜਿਹੜਾ ਉਹ ਦੇਸ਼ ਦਾ ਧੁਰਾ ਹੈ, ਸੋ ਧੁਰਾ ਸਹੀ ਰਹੂਗਾ ਤਾਂ ਦੇਸ਼ ਸਹੀ ਰਹੂਗਾ।